ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਡਬੜੀ ਖਾਨਾ ਅੱਜ ਇੱਕ ਵਾਰ ਫਿਰ ਤੁਹਾਨੂੰ ਲੈ ਆਇਆ ਪਿੰਡ ਘੱਲ ਕਲਾਂ ਜ਼ਿਲ੍ਹਾ ਮੋਗਾ ਵਿਖੇ ਸਰਦਾਰ ਸੁਖਦੀਪ ਸਿੰਘ ਜੀਆਂ ਕੋਲ। ਸਾਰਿਆਂ ਨੂੰ ਪਤਾ ਹੀ ਹੈ ਕਿ ਸੁਖਦੀਪ ਸਿੰਘ ਜੀਆਂ ਨੇ ਡਾਕਟਰ ਦਲੇਰ ਸਿੰਘ ਦੀ ਤਕਨੀਕ ਨਾਲ ਵੱਟਾਂ 'ਤੇ ਕੀਤੀ ਸੀ ਝੋਨੇ ਦੀ ਲਵਾਈ। 3.25 ਏਕੜ ਦੇ ਵਿੱਚ ਇਹਨਾਂ ਨੇ ਝੋਨਾ ਲਾਇਆ ਸੀ ਵੱਟਾਂ 'ਤੇ। 2.25 ਏਕੜ PR 114 ਅਤੇ 1 ਏਕੜ ਲਗਭਗ PR 126 ਜਿਹੜਾ ਲੱਗਿਆ ਹੋਇਆ ਸੀ। ਅੱਜ ਉਹ ਸੁਭਾਗਾ ਦਿਨ ਆ ਗਿਆ ਜਦੋਂ ਅਸੀਂ ਇਸ ਦੋਨਾਂ ਕਿਸਮਾਂ ਦੇ ਝੋਨੇ ਦੀ ਕੰਬਾਈਨ ਦੇ ਨਾਲ ਕਟਾਈ ਕਰ ਲਈ ਹੈ। ਅਤੇ ਆਪਾਂ ਜਾਣਦੇ ਹਾਂ ਸੁਖਦੀਪ ਸਿੰਘ ਜੀਆਂ ਤੋਂ ਇਹਨਾਂ ਦਾ ਹੁਣ ਤੱਕ ਦਾ ਜਿਹੜਾ ਤਜਰਬਾ ਇਸ ਝੋਨੇ ਬਾਰੇ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ। ਭਾਅ ਜੀ, ਇੱਕ ਕਿਸਾਨ ਦਾ ਸਭ ਤੋਂ ਵੱਡਾ ਸੁਪਨਾ ਹੁੰਦਾ ਕਿ ਉਹਦੀ ਮਿਹਨਤ ਦਾ ਫਲ ਉਹਨੂੰ ਮਿਲ ਜੇ। ਬਿਲਕੁਲ ਜੀ। ਅਤੇ ਅੱਜ ਆਪਣੀ ਮਿਹਨਤ ਆਪਣੇ ਪੱਲੇ ਪੈ ਗਈ ਹੈ। ਹਾਂਜੀ, ਪਹਿਲਾਂ ਤਾਂ ਤੁਹਾਨੂੰ ਵਧਾਈਆਂ। ਥੈਂਕ ਯੂ ਜੀ। ਅਤੇ ਦੂਸਰਾ ਜਿਹੜਾ ਤੁਹਾਡਾ ਹੁਣ ਤੱਕ ਦਾ ਤਜਰਬਾ ਰਿਹਾ ਉਹ ਆਪਣੇ ਕਿਸਾਨ ਭਰਾਵਾਂ ਨਾਲ ਸਾਂਝਾ ਕਰ ਦਿਓ। ਜੀ, ਤਜਰਬਾ ਤਾਂ ਬਹੁਤ ਵਧੀਆ ਰਿਹਾ ਜੀ। ਜੀ, ਜਿਵੇਂ ਸ਼ੁਰੂ 'ਚ ਲੱਗ ਰਿਹਾ ਸੀ ਥੋੜ੍ਹਾ ਡਰ ਸੀਗਾ ਮਨ ਦੇ ਵਿੱਚ ਵੀ ਨਦੀਨ ਨਹੀਂ ਕਾਬੂ ਨੇਗੇ, ਅਤੇ ਉਹ ਡਾਕਟਰ ਸਾਹਿਬ ਨੇ ਜਿੱਦਾਂ ਸਿਫਾਰਿਸ਼ ਕੀਤੀ ਜੀ ਅਤੇ ਉਹ ਸਪਰੇਅ ਉਵੇਂ ਕੀਤੀ ਅਤੇ ਰਿਜ਼ਲਟ ਵੀ ਬਹੁਤ ਸੋਹਣਾ ਹੁਣ ਤੱਕ ਆ ਕੇ, ਯਾਨੀ ਕਿ ਰਿਜ਼ਲਟ ਬਹੁਤ ਸੋਹਣਾ ਰਿਹਾ ਜੀ। ਦੇਖਣ ਨੂੰ ਝੋਨੇ ਦੀ ਕੁਆਲਿਟੀ ਬਹੁਤ ਸੋਹਣੀ ਸੀ, ਦਾਣੇਦਾਰ ਵਧੀਆ ਦਾਣਾ ਸੀ ਅਤੇ ਬਹੁਤ ਵਧੀਆ ਰਿਜ਼ਲਟ ਰਿਹਾ ਜੀ। ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਕੱਲ੍ਹ ਤੁਸੀਂ ਕਰੋਪ ਕਟਿੰਗ ਕੀਤੀ ਸੀ, ਮਹਿਕਮੇ ਦੇ ਅਧਿਕਾਰੀ ਆਏ ਸੀ। ਹਾਂਜੀ ਹਾਂਜੀ। ਮਰਲਾ ਜਗ੍ਹਾ ਦੇ ਵਿੱਚੋਂ ਝੋਨਾ ਕੱਟ ਕੇ ਉਹਨੂੰ ਝਾੜਿਆ ਗਿਆ, ਫਿਰ ਉਹਨੂੰ ਪੱਖਾ ਲਾ ਕੇ ਤੋਲਿਆ ਗਿਆ। ਹਾਂਜੀ। ਤਾਂ ਕਿੰਨਾ ਜਿਹੜਾ ਹੈਗਾ ਝੜਿਆ ਝੋਨਾ? 126 ਦੇ ਆਪਣਾ ਕਟਾਈ ਕੀਤੀ ਸੀਗੀ ਇੱਕ ਮਰਲਾ ਹੀ, ਉਹਦੇ ਵਿੱਚੋਂ 25 ਕਿਲੋ 200 ਗ੍ਰਾਮ ਹੀ ਜੀ, ਅਤੇ PR 114 ਦੀ 23 ਕਿਲੋ 23.5 ਕਿਲੋ ਹੀ ਜੀ। ਸੋ ਦੋਸਤੋ, 160 ਨਾਲ 25 ਕਿਲੋ 200 ਗ੍ਰਾਮ ਨੂੰ ਅਤੇ 160 ਨਾਲ ਹੀ 23.5 ਕਿਲੋ ਨੂੰ ਜਦੋਂ ਗੁਣਾ ਕਰੋਗੇ ਤਾਂ ਤੁਹਾਨੂੰ ਧਿਆਨ 'ਚ ਆ ਜਾਏਗਾ ਕਿ ਪ੍ਰਤੀ ਏਕੜ ਝਾੜ ਕਿੱਥੇ ਪਹੁੰਚ ਰਿਹਾ, ਕਿੱਥੇ ਪਹੁੰਚ ਰਿਹਾ। 126 ਦਾ ਝਾੜ 40 ਕੁਇੰਟਲ ਪਲੱਸ ਪਹੁੰਚ ਰਿਹਾ ਕਰੋਪ ਕਟਿੰਗ ਦੇ ਹਿਸਾਬ ਨਾਲ, ਅਤੇ PR 114 ਦਾ ਝਾੜ 38 ਕੁਇੰਟਲ ਦੇ ਆਸੇ ਪਾਸੇ ਪਹੁੰਚਦਾ ਪਿਆ। ਬਿਲਕੁਲ। ਜਦੋਂ ਕਰੋਪ ਕਟਿੰਗ ਹੁੰਦੀ ਆ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਮਸ਼ੀਨ ਦੇ ਨਾਲ ਝੋਨਾ ਵੱਢ ਕੇ ਤੋਲ ਦਿੱਤਾ ਜਾਂਦਾ ਤਾਂ ਦੋਨਾਂ ਦੇ ਵਿੱਚ ਜਿਹੜਾ ਫਰਕ ਹੈ ਉਹ 2 ਕੁਇੰਟਲ ਦਾ ਪੈ ਸਕਦਾ। ਹਾਂਜੀ। ਇਹਦਾ ਮਤਲਬ ਹੈ ਕਿ PR 126 37-38 ਕੁਇੰਟਲ ਝੜਨ ਦੀ ਸੰਭਾਵਨਾ, ਅਤੇ ਜਿਹੜਾ PR 114 ਉਹ 35-36 ਕੁਇੰਟਲ ਕਿੱਲੇ ਦਾ ਉਹ ਵੀ ਝੜੇਗਾ। ਬਿਲਕੁਲ ਬਿਲਕੁਲ। ਤਾਂ ਆਮ ਕੱਦੂ ਵਾਲੇ ਝੋਨੇ ਦੇ ਮੁਕਾਬਲੇ ਝਾੜ ਕਿੰਨਾ ਵੱਧ ਹੈ? ਆਮ ਕੱਦੂ ਵਾਲੇ PR 114 ਹੀ, ਯਾਨੀ 85 ਗੱਟੇ ਔਸਤ ਮਸਾਂ ਪੈਂਦੀ ਹੈ। ਬਿਲਕੁਲ ਹੀ, ਇਦੋਂ ਵੱਧ ਨਹੀਂ ਪੈਂਦੀ ਗੀ, ਕਾਫੀ ਟਾਈਮ ਹੋ ਗਿਆ ਲਾਉਂਦੇ ਉਹਨੂੰ, ਯਾਨੀ ਕਿ 80 ਕੁਇੰਟਲ ਦੀ ਔਸਤ ਰਹਿੰਦੀ ਹੁੰਦੀ ਆ ਜੀ। ਇਹਦਾ ਤਾਂ ਯਾਨੀ ਕਿ ਉਦੋਂ ਫਿਰ 4 ਕੁਇੰਟਲ ਦਾ ਤਕਰੀਬਨ ਫਰਕ ਪੈ, 3 ਤੋਂ 4 ਕੁਇੰਟਲ ਦਾ ਫਰਕ ਪੈਣ ਲੱਗਦਾ ਪਿਆ। ਹਾਂਜੀ। ਦੋਸਤੋ, ਸਾਡੇ ਪਿੱਛੇ ਜਿਹੜਾ ਟਰਾਲਾ ਖੜਾ ਹੈਗਾ ਇਹਦੇ ਵਿੱਚ PR 114 2.25 ਕਿਲਿਆਂ ਦਾ, 16x7.5 ਦਾ ਇਹ ਟਰਾਲਾ, ਅਤੇ ਇਹ ਕਿੰਨੇ ਕਿੱਲਿਆਂ ਦੇ ਝੋਨੇ ਨਾਲ ਭਰ ਜਾਂਦਾ ਹੁੰਦਾ? ਇਹ 3.25 ਕਿਲੇ ਦੇ ਤਕਰੀਬਨ ਭਰ ਜਾਂਦਾ। 3.5 ਠੀਕ। ਇਸ ਵੇਲੇ ਸਾਡਾ ਜਿਹੜਾ 2.25 ਕਿਲੇ ਝੋਨਾ ਹੈਗਾ ਉਹ ਇਸ ਟਰਾਲੇ ਦੇ ਵਿੱਚ ਪਿਆ ਹੋਇਆ, ਅਤੇ ਪੌਣਾ ਟਰਾਲਾ 3.25 ਕਿਲਿਆਂ ਦੇ ਨਾਲ ਜਾਂ 3.5 ਕਿਲਿਆਂ ਦੇ ਨਾਲ ਇਹ ਟਰਾਲਾ ਭਰਦਾ, ਅਤੇ ਉਸ ਹਿਸਾਬ ਨਾਲ ਜੋ ਕਰੋਪ ਕਟਿੰਗ ਦੇ ਰਿਜ਼ਲਟ ਆ ਹਾਂਜੀ ਉਹਦੇ ਨੇੜੇ ਤੇੜੇ ਇਹ ਖੜਦਾ ਪਿਆ। ਖੜਦਾ ਪਿਆ, ਬਿਲਕੁਲ ਜੀ। ਅਤੇ ਦੋਸਤੋ, ਇਹ ਕੁੱਲ ਮਿਲਾ ਕੇ ਇਹਦਾ ਝਾੜ ਕਿੰਨਾ ਨਿਕਲਦਾ ਇਹ ਸਾਨੂੰ ਪਤਾ ਚੱਲ ਜਾਏਗਾ ਕੱਲ੍ਹ ਇਹਨੂੰ ਜਦੋਂ ਮੋਗੇ ਦੀ ਮੰਡੀ 'ਤੇ ਆਉਂਦਾ ਵੇਚ ਮੁੰਡਿਆ, ਉਦੋਂ ਸਾਨੂੰ ਇਹਦਾ ਝਾੜ ਪਤਾ ਲੱਗ ਜੂਗਾ, ਅਤੇ ਕੱਲ੍ਹ ਸ਼ਾਮ ਤੱਕ ਇਹ ਤੁਲ ਜਾਏਗਾ। ਬਿਲਕੁਲ। ਅਤੇ ਤੁਲਣ ਤੋਂ ਬਾਅਦ ਸਾਡੇ ਹੱਥ 'ਚ ਪਰਚੀ ਕਿੰਨੇ ਕੁਇੰਟਲ ਦੀ ਆਉਂਦੀ ਹੈ, ਬਿਲਕੁਲ ਉਹ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਸਾਰੀ ਗੱਲ। ਅਤੇ ਤੁਸੀਂ ਵੀਡੀਓ ਨੂੰ ਕਰੋ ਸ਼ੇਅਰ, ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਬੈੱਲ ਆਈਕੋਨ 'ਤੇ ਕਰ ਦਿਓ ਕਲਿੱਕ। ਵੱਟਾਂ ਵਾਲਾ ਝੋਨਾ ਜਿਹੜਾ ਡਾਕਟਰ ਦਲੇਰ ਸਿੰਘ ਨੇ 2 ਮਕਸਦਾਂ ਦੇ ਨਾਲ ਇਹਦੀ ਗੱਲ ਕੀਤੀ ਸੀ, ਇੱਕ ਤਾਂ ਪਾਣੀ ਬਚਾਏਗਾ, ਬਿਲਕੁਲ, ਦੂਸਰਾ ਖਰਚਾ ਘਟਾਏਗਾ। ਬਿਲਕੁਲ ਜੀ। ਡਾਕਟਰ ਦਲੇਰ ਸਿੰਘ ਦੇ ਇਹ ਦੋਨੇ ਦਾਅਵਿਆਂ 'ਤੇ ਇਹ ਝੋਨਾ ਖਰਾ ਉਤਰੇ? ਬਿਲਕੁਲ ਜੀ, ਪੂਰਾ ਉਤਰ ਰਿਹਾ ਜੀ। ਕੱਦੂ ਵਾਲੇ ਦੇ ਮੁਕਾਬਲੇ ਕਿੰਨਾ ਪਾਣੀ ਬਚਾਤਾ ਹੋਏ ਨੇ? 40% ਦੇ ਤਕਰੀਬਨ ਹੀ, 35-40% ਦੇ ਤਕਰੀਬਨ ਪਾਣੀ ਬਚਿਆ ਜੀ, ਸਿਰਫ 19 ਪਾਣੀ ਲੱਗਿਆ ਇਹਦੇ ਵਿੱਚ, ਸਿਰਫ 19। ਹਾਂਜੀ, 14। ਅਤੇ ਕੱਦੂ ਵਾਲੇ 'ਚ ਕਿੰਨੇ ਲੱਗ ਗਏ ਹੋਣੇ? ਕੱਦੂ ਵਾਲੇ 'ਚ 30 ਤੋਂ ਉੱਪਰ ਚਲੇ ਗਏ। 30 ਤੋਂ ਉੱਪਰ ਚਲੇ ਗਏ। ਹਾਂਜੀ। ਤਾਂ ਇਸ ਦਾ ਮਤਲਬ ਆ ਕਿ 40% ਤਾਂ ਪਾਣੀ ਦੀ ਬੱਚਤ ਹੁੰਦੀ ਹੈ, ਆਪਣੀ ਹੋਈ ਆ। ਬਿਲਕੁਲ। ਅਤੇ ਪੈਸਟੀਸਾਈਡ ਅਤੇ ਖਾਦਾਂ ਦੇ ਨਜ਼ਰੀਏ ਤੋਂ ਦੇਖੀਏ
ਤਾਂ ਕਿੰਨਾ ਆਪਣਾ ਖਰਚਾ ਘਟਿਆ? ਨਹੀਂ, ਖਰਚੇ ਦਾ ਫਰਕ ਪੈਂਦਾ ਜੀ ਇਹਦੇ ਵਿੱਚ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਸੀ, ਯਾਨੀ 2 ਗੱਟੇ ਯੂਰੀਆ ਪਾਇਆ ਇਹਦੇ ਵਿੱਚ ਜੀ ਜੀ, ਅਤੇ ਕੱਦੂ ਵਾਲੇ 'ਚ 2.5 ਗੱਟੇ ਤੱਕ ਯਾਨੀ ਪੈ ਜਾਂਦਾ, ਪੋਨੇ ਪਾਉਣਾ ਪੈਂਦਾ ਜੀ 14 ਦੇ ਵਿੱਚ, 1.5 ਗੱਟੇ ਦਾ ਉਹ ਫਰਕ ਪੈ ਜਾਂਦਾ ਜੀ, ਬਾਕੀ ਦਾਣੇਦਾਰ ਨਹੀਂ ਕੋਈ, ਇਹਦੇ ਵਿੱਚ ਜ਼ਹਿਰ ਪਾਈ ਗਈ ਤਾਂ ਸਿੰਪਲ ਸਪਰੇਅ ਕੀਤੀ ਹੈ ਇਕੱਲੀ। ਸੋ ਦੋਸਤੋ, ਇਹ ਸੀਗਾ ਸਾਡਾ ਹੁਣ ਤੱਕ ਦਾ ਤਜਰਬਾ, ਪੂਰਾ ਝਾੜ ਕਿੰਨਾ ਆਇਆ ਉਹ ਤੁਹਾਨੂੰ ਕੱਲ੍ਹ ਨੂੰ ਦੱਸਾਂਗੇ, ਅੱਜ ਲਈ ਇੰਨਾ ਹੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।